January 13, 2022. ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ, ਕਿਉਂਕਿ 2022 ਦਾ ਮੇਰਾ ਜਿਹੜਾ ਇਹ ਪਹਿਲਾ ਹੈ ਮੋਰਨਿੰਗ ਵਾਕ. ਸੋ ਹੈਪੀ ਨਿਊ ਈਅਰ ਟੂ ਯੂ ਆਲ. ਅੱਜ ਮੈਂ ਕਾਫੀ ਹਫ਼ਤਿਆਂ ਬਾਅਦ ਸ਼ੁਰੂ ਕਰ ਰਿਹਾ, ਕਿਉਂਕਿ ਸੈਸਕਾਟੂਨ ਦੇ ਵਿੱਚ ਠੰਡ ਬਹੁਤ ਜ਼ਿਆਦਾ ਸੀ ਅਤੇ ਮੈਨੂੰ ਦੋ ਤਿੰਨ ਹਫ਼ਤੇ ਵਾਸਤੇ ਆਪਣਾ ਇਹ ਮੋਰਨਿੰਗ ਵਾਕ ਦਾ ਜਿਹੜਾ ਹੈਗਾ ਪ੍ਰੋਗਰਾਮ ਖਤਮ ਕਰਨਾ ਪਿਆ. ਅਤੇ ਚਲੋ ਸ਼ੁਰੂ ਕਰਦੇ ਹਾਂ. ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਸੈਸਕਾਟੂਨ ਦੀ ਵਿਲੋਗਰੋਵ ਨੇਬਰਹੁੱਡ ਹੈ. ਅਤੇ ਅੱਜ ਟੈਂਪਰੇਚਰ ਰਾਈਟ ਨਾਓ ਜਿਹੜਾ ਹੈ ਉਹ -9 ਹੈ ਅਤੇ ਫੀਲ ਲਾਈਕ -8 ਹੈ ਅਤੇ ਹਵਾ ਬਿਲਕੁਲ ਨਹੀਂ ਚੱਲ ਰਹੀ, ਇਸ ਕਰਕੇ ਥੋੜ੍ਹੀ ਠੰਡ ਜਿਹੜੀ ਹੈਗੀ ਆ ਉਹ ਘੱਟ ਮਹਿਸੂਸ ਹੋ ਰਹੀ ਹੈ. ਅਤੇ ਚਲੋ ਚੱਲਦੇ ਹਾਂ, ਮੇਰੇ ਨਾਲ ਬਣੇ ਰਹੋ.
ਇਹ ਪੈਜਟ ਸਟ੍ਰੀਟ ਹੈ ਵਿਲੋਗ੍ਰੋਵ ਨੇਬਰਹੁੱਡ ਦੀ ਸਟ੍ਰੀਟ ਅਤੇ ਮੇਨ ਸਟ੍ਰੀਟ ਇਹਦੀ ਹੈ ਮਜ਼ੀਕਾ ਮਜ਼ੀਕਾ 'ਚ ਨਿਕਲਦੀਆਂ ਸਟ੍ਰੀਟਾਂ ਸਾਰੀਆਂ ਅਤੇ ਇਸ ਤਰ੍ਹਾਂ ਇਹਨਾਂ ਦੇ ਘਰਾਂ ਦੇ ਪਿੱਛੇ ਜਿਹੜੇ ਹੈ ਗਰਾਜ ਬਣੇ ਹੋਏ ਇਹ ਕਾਫੀ ਵਧੀਆ ਨੇਬਰਹੁੱਡ ਹੈ ਨਵੀਂ ਨੇਬਰਹੁੱਡ 2008 ਤੋਂ ਬਾਅਦ ਹੀ ਬਣੀ ਅੱਜ ਵੀ ਸਨੋਫਾਲ ਦੀ ਵਾਰ ਹੈ ਫੋਰਕਾਸਟ ਸ਼ਾਇਦ 5 ਸੈਂਟੀਮੀਟਰ ਦੀ ਫੋਰਕਾਸਟ ਹੈ ਇਸ ਵੇਲੇ ਕਲਾਉਡੀ ਹੈ ਮੇਰਾ ਖਿਆਲ ਅੱਜ ਸ਼ਾਇਦ ਕਲਾਉਡੀ ਰਹਿਣਾ ਮੁੜ ਕੇ ਫਿਰ ਮੁਜ਼ੀਕਾ ਰੋਡ 'ਤੇ ਅਸੀਂ ਆ ਗਏ ਹਾਂ ਅਤੇ ਹੁਣ ਮੈਂ ਤੁਹਾਨੂੰ ਆ ਲੂਸਿਕ ਇੱਕ ਹੈ ਸਟ੍ਰੀਟ ਇਹਦੇ ਵੱਲ ਲੈ ਕੇ ਜਾ ਰਿਹਾ ਲੂਕਿਕ ਪਿਛਲੇ 2-3 ਹਫ਼ਤੇ ਬਹੁਤ ਜ਼ਿਆਦਾ ਠੰਡ ਰਹੀ -30 ਤੱਕ ਨੋਰਮਲ ਅਤੇ ਗੰਜੇ ਨਾਲ -45 ਤੱਕ ਵੀ ਰਿਹਾ ਆਲਮੋਸਟ 3 ਵੀਕਸ ਜਿਹੜਾ ਹੈਗਾ ਇਹ ਕੋਲਡ ਸਪੈਲ ਸੀ ਸਾਰੇ ਪ੍ਰੈਰੀ ਰੀਜਨ 'ਚ ਜ਼ਿਆਦਾ ਹੋਣ ਕਰਕੇ ਮੈਨੂੰ ਕੱਪੜਿਆਂ ਦੀ ਵੀ 3-4-5 ਲੇਅਰਾਂ ਪਾਉਣੀਆਂ ਪੈਣੀਆਂ ਗਲਵਸ ਵੀ ਕਾਫੀ ਮੋਟੇ ਪਾਉਣੇ ਪੈਂਦੇ ਆ ਅਤੇ ਹੁਣ ਇੰਨੇ ਮੋਟੇ ਗਲਵਸ ਪਾਉਣ ਦੇ ਬਾਵਜੂਦ ਵੀ ਮੈਨੂੰ ਹੱਥ ਮੇਰੇ ਜਿਹੜੇ ਉਹ ਠਰ ਰਹੇ ਕਾਫੀ ਠੰਡ ਪਰ ਤੁਸੀਂ ਇੱਕ ਵਾਰੀ ਬਾਹਰ ਨਿਕਲ ਜਾਓ ਤਾਂ ਥੋੜ੍ਹੀ ਦੇਰ ਬਾਅਦ ਠੰਡ ਲੱਗਣੀ ਬੰਦ ਹੋ ਜਾਂਦੀ ਹੈ
ਅੱਜਕੱਲ ਪਹਿਲਾਂ ਪਹਿਲਾਂ ਕਾਫੀ ਠੰਡ ਲੱਗਦੀ। ਫਿਰ ਮੁਜ਼ੀਕਾ ਰੋਡ 'ਤੇ ਅਸੀਂ ਆ ਗਏ। ਮੁਜ਼ੀਕਾ ਰੋਡ ਤੋਂ ਫਿਰ ਅਤੇ ਨੈਕਸਟ ਸਟਰੀਟ ਮੈਂ ਤੁਹਾਨੂੰ ਇੱਕ ਹੋਰ ਸਟਰੀਟ ਦਾ ਕਰਾ ਕੇ ਫਿਰ ਦੇਖਦੇ ਹਾਂ। ਬਨੇਨੀਅਨ ਇਹ ਲੈ ਕੇ ਚੱਲਦਾ ਤੁਹਾਨੂੰ, ਇਹ ਵੀ ਕਾਫੀ ਲੰਬੀ ਸਟਰੀਟ ਹੈ ਇੱਧਰ ਮੁੜ ਕੇ ਫਿਰ ਇਹ ਮੁਜ਼ੀਕਾ 'ਤੇ ਨਿਕਲ ਜਾਂਦੀ ਹੈ। ਸੋ ਲੈਟਸ ਵਾਕ ਔਨ ਦਿਸ ਰੋਡ। ਇਸ ਸਾਲ ਕਾਫੀ ਸਨੋਅ ਪੈ ਗਈ ਪਿਛਲੇ ਸਾਲ ਨਾਲੋਂ, ਥੋੜ੍ਹੀ ਬਹੁਤ ਸਨੋਅ ਹਰ ਹਫ਼ਤੇ ਪੈ ਹੀ ਜਾਂਦੀ ਹੈ ਅਤੇ ਕਿਉਂਕਿ ਮਾਈਨਸ ਟੈਂਪਰੇਚਰ ਇੱਥੇ ਬਹੁਤ ਰਹਿੰਦਾ ਅਤੇ ਸਨੋਅ ਮੈਲਟ ਨਹੀਂ ਹੁੰਦੀ ਇੱਥੇ। ਤੁਸੀਂ ਦੇਖ ਰਹੇ ਹਾਂ ਕਿੱਦਾਂ ਢੇਰ ਲੱਗੇ ਹੋ ਘਰਾਂ ਦੇ ਬਾਹਰ, ਅਤੇ ਇਹ ਅਪ੍ਰੈਲ ਮਈ ਦਾ ਕਿਸ ਤਰ੍ਹਾਂ ਰਹਿਣੀ ਹੈ ਜਦ ਤਾਈਂ ਲਾਸਟ ਟੈਂਪਰੇਚਰ ਨਹੀਂ ਹੁੰਦਾ। ਇਹ ਮੁਜ਼ੀਕਾ ਰੋਡ ਤੋਂ ਸ਼ੁਰੂ ਹੁੰਦੀ ਟਰੇਲ, ਕਾਫੀ ਲੰਬੀ ਟਰੇਲ ਆ ਇੱਥੇ, ਇਹਦਾ ਨਾਂ ਹੈ ਜੀ
ਇਹ ਹੈ ਬਾਲੇ ਪਾਰਕ ਔਰ ਜਿਹੜਾ ਇੱਧਰ ਆ ਉਹਦਾ ਨਾਮ ਡਿਫਰੈਂਟ ਹੈਗਾ ਉਹ ਰੂਲਰਡ ਪਾਰਕ ਹੈਗਾ ਇੱਧਰ ਇਹ ਇਹਦਾ ਨਾਂ ਰੱਖਿਆ ਇਹਨਾਂ ਨੇ ਬਾਲੇ ਪਾਰਕ ਬੜਾ ਬਿਊਟੀਫੁੱਲ ਹੈ ਇਹ ਕਾਫੀ ਦੂਰ ਤੱਕ ਇਹ ਤਾਂ ਘਰਾਂ ਦੇ ਪਿੱਛੇ ਇਹਨਾਂ ਨੇ ਟ੍ਰੇਲ ਬਣਾਈ ਉਹ ਬਹੁਤ ਵਧੀਆ ਲੱਗਦੀ ਅੱਜ ਦੀ ਵਾਕ ਮੈਂ ਥੋੜ੍ਹੀ ਜਿਹੀ ਘੱਟ ਰੱਖਾਂਗਾ ਕਿਉਂਕਿ ਅੱਜ ਬੜਾ ਔਖਾ ਸੀ ਮੈਨੂੰ ਦੋ ਤਿੰਨ ਹਫ਼ਤੇ ਬਾਅਦ ਸਟਾਰਟ ਕਰਨਾ ਲੱਗਾ ਅਤੇ ਅੱਜ ਬਿਨਾਂ ਕਿਸੇ ਪਲੈਨਿੰਗ ਤੋਂ ਮੈਂ ਕਿਹੜੀਆਂ ਸਟ੍ਰੀਟਾਂ ਕਰਨੀਆਂ ਉਹ ਸ਼ੁਰੂ ਕੀਤਾ ਅਤੇ ਕੱਲ੍ਹ ਨੂੰ ਦੇਖੂੰਗਾ ਕੱਲ੍ਹ ਨੂੰ ਪਲੈਨ ਕਰਕੇ ਪੂਰਾ ਅੱਛੀ ਫੀਲਿੰਗ ਹੈ ਵੀਹ ਪੱਚੀ ਮਿੰਟ ਦੀ ਵੀ ਅੱਜ ਹੋ ਜਾਵੇ ਤਾਂ ਮੁੜ ਕੇ ਫਿਰ ਮਜ਼ੀਕਾ ਰੋਡ ਆ ਗਈ ਮਜ਼ੀਕਾ ਰੋਡ 'ਤੇ ਕਰਕੇ ਅਤੇ ਫਿਰ ਖਤਮ ਕਰਦੇ ਹਾਂ ਇਹ ਦੇਖੋ ਇੱਧਰ ਹੋਰ ਪਾਰਕ ਹੈ ਸਸਕਾਟੂਨ ਦੀ ਇੱਕ ਖਾਸੀਅਤ ਹੈ ਕਿ ਇੱਥੇ ਓਪਨ ਸਪੇਸ ਬਹੁਤ ਰੱਖੇ ਜਾਂਦੇ ਆ ਹਰ ਲੋਕੈਲਿਟੀ 'ਚ ਦੋ ਤਿੰਨ ਵੱਡੇ ਵੱਡੇ ਪਾਰਕ ਸਕੂਲ ਅਤੇ ਦੇਖੋ ਇਹ ਪਾਰਕ ਦੇ ਵਿੱਚ ਬਹੁਤ ਸੋਹਣੀ ਟ੍ਰੇਲ ਬਣਾਈ ਉਹ ਰੂਲਰ ਪਾਰਕ ਪਿੱਛੇ ਘਰ ਜਿਹੜੇ ਹੈਗੇ ਆ ਗੈਲਰੀਆਂ ਬਣਾਈਆਂ ਆ ਅਤੇ ਬਹੁਤ ਵਧੀਆ ਲੱਗਦੀ ਹੈ ਸਮਰ 'ਚ ਖਾਸ ਕਰਕੇ ਬਾਹਰ ਬੈਠ ਕੇ ਨਜ਼ਾਰਾ ਦੇਖਣ ਦੇ ਹੁੰਦੇ ਅਤੇ ਹਰ ਲੋਕੈਲਿਟੀ 'ਚ ਹਰ ਸੀਟ 'ਤੇ ਇਸ ਤਰ੍ਹਾਂ ਘਰ ਟ੍ਰੀਜ਼ ਵਗੈਰਾ ਵੀ ਕਾਫੀ ਲਗਾਏ ਗਏ ਟੈਂਪਰੇਚਰ ਨੈਕਸਟ ਫਿਊ ਡੇਸ ਕਾਫੀ ਠੀਕ ਹੈ ਬਹੁਤੀ ਠੰਡ ਨਹੀਂ ਹੋਣੀ ਉਮੀਦ ਆ ਕੇ ਆਪਣੀ ਵਾਕ ਜਿਹੜੀ ਹੈ ਚਾਲੂ ਰੱਖੂੰ
ओके दोस्तों, इतने मैं आज दी मॉर्निंग वॉक खत्म करता ते देखते रहो, फिर मिलांगे कल नु एक नवे स्ट्रीट ते नेबरहुड ता यही रहेगी। धन्यवाद, शुक्रिया, नमस्कार, गुड बाय।